ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਅੱਜ ਫਿਰ ਪਨੀਰੀ ਕੋਲ ਆਇਆ ਤਾਂ ਬਾਈ ਕਹਿੰਦਾ ਤੂੰ ਅੱਜ ਪਾਣੀ ਲਾ ਦੇ, ਧੁੱਪ ਜੀ ਪੈ ਗਈ ਅੱਜ, ਕਹਿੰਦੇ ਥੋੜ੍ਹਾ ਜਿਹਾ ਵੀ ਪਾਣੀ ਲਾ ਕੇ ਆ। ਕਹਿੰਦਾ ਮੈਂ ਬੜਾ ਮੰਡ 'ਚ ਗੇੜਾ ਮਾਰਨਾ ਆ, ਪਾਵਰ ਆਈ ਹੋਈ ਸੀ, ਪਾਣੀ ਲਾ ਤਿਆ ਇਹਨੂੰ, ਥੋੜ੍ਹਾ ਥੋੜ੍ਹਾ ਪਾਇਆ ਹੈ ਕਿ ਇੱਧਰਲੀ ਪਨੀਰੀ ਛੋਟੀ ਪਾ ਲਈ, ਥੋੜ੍ਹਾ ਵੱਧ ਪਾ ਤਿਆ। ਅਤੇ ਚੱਲਦੇ ਹਾਂ ਟਰਾਲੀ ਕੋਲ, ਉੱਥੇ ਜਿਹੜੀ ਕੱਲ੍ਹ ਨੂੰ ਦਿੱਲੀ ਨੂੰ ਜਾਣੀ ਆ। ਅਤੇ ਮੁੰਡਿਆਂ ਨੇ ਸਲਾਹ ਬਦਲਤੀ ਜੀ, ਜਿਹੜੀ ਮੈਂ ਤੁਹਾਨੂੰ ਕੱਲ੍ਹ ਕਹਿੰਦਾ ਸੀ ਵੀ ਉੱਥੇ ਛਬੀਲ ਲਾਉਣੀ ਆ ਮਿੱਠੇ ਪਾਣੀ ਦੀ ਉੱਥੇ ਦਿੱਲੀ ਜਾ ਕੇ, ਅਤੇ ਇਹਨਾਂ ਨੇ ਸਾਰਾ ਪ੍ਰੋਗਰਾਮ ਕੈਂਸਲ ਕਰਤਾ। ਕਹਿੰਦੇ ਵੀ ਯਾਰ ਫਿਰ ਕਾਫੀ ਜਿਵੇਂ ਪਾਣੀ ਦੀ ਦਿੱਕਤ ਆਉਣੀ ਆ, ਵੀ ਗਲਾਸ ਭਾਂਡੇ ਭੁੰਡੇ ਮਾਂਜਣੇ ਦੀ ਜਿਵੇਂ ਕਰੋਨਾ ਕਰਕੇ ਚੱਕਰ ਜਿਹਾ ਚੱਲਦਾ। ਕਹਿੰਦਾ ਕਾਫੀ ਕੁਛ ਜਿਵੇਂ ਦੁੱਧ ਫਿਰ ਕਿੰਨੇ ਕਿਵੇਂ ਲੈ ਕੇ ਜਾਊਂਗੇ, ਇੰਨੀ ਦੂਰ 8-10 ਘੰਟੇ ਲੱਗ ਜਾਂਦੇ ਆ। ਕਹਿੰਦੇ ਵੀ ਆਪਾਂ ਪਾਣੀ ਉਹ ਲੈ ਕੇ ਚੱਲਦੇ ਹਾਂ, ਸੁੱਕੇ ਪਾਣੀ ਦੀਆਂ ਪੇਟੀਆਂ ਲੈ ਕੇ ਚੱਲੇ ਹਾਂ ਹੁਣ, ਵੀ ਹੋਰ ਸਾਰਾ ਕੈਂਸਲ ਕਰਤਾ ਫਿਰ, ਅਤੇ ਹੁਣ ਪਾਣੀ ਦੀ ਪੇਟੀਆਂ ਟਰਾਲੀ 'ਚ ਲੱਦਦੇ ਹਾਂ। ਮੈਨੂੰ ਫੋਨ ਆਇਆ ਸੀ ਕਹਿੰਦੇ ਵੀ ਆ ਜਾ ਮੜਾ ਦੇਖ ਜਾ ਉੱਪਰ, ਫਿਰ ਬੈਠਣ ਨੂੰ ਫੱਟੇ ਫੁੱਟੇ ਤਿਆਰ ਕਰਦੇ ਹਾਂ, ਟਰਾਲੀ ਤਿਆਰ ਕਰਦੇ ਹਾਂ ਜਿਵੇਂ ਪਹਿਲਾਂ ਉਹ ਕਰਦੇ। ਚੱਲਦੇ ਹਾਂ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਹਾਂ, ਮਿਲਾਉਂਦੇ ਹਾਂ ਮੁੰਡਿਆਂ ਨੂੰ ਅਤੇ ਪੁੱਛਦੇ ਹਾਂ ਹੋਰ ਕਿਆ ਸਲਾਹ ਬਣਾਈ, ਹਾਲੇ ਮੈਂ ਗਿਆ ਨਹੀਂ ਹੈਗਾ ਉਹਨਾਂ ਕੋਲ, ਅਤੇ ਹੁਣ ਜਾ ਕੇ ਦੇਖਦੇ ਹਾਂ ਫਿਰ ਕੀ ਸਲਾਹ ਹੋਈ ਆ, ਹੋਰ ਉਹਨਾਂ ਦੀ ਕੌਣ ਕੌਣ ਚੱਲੇ ਆ ਇਹ ਵੀ ਨਹੀਂ ਮੈਨੂੰ ਪਤਾ ਹਾਲੇ, ਇਹ ਸਾਰਾ ਜਾ ਕੇ ਉੱਥੇ ਜਾ ਕੇ ਪਤਾ ਲੱਗੂਗਾ। ਟਰਾਲੀ ਤਿਆਰ ਕਰਦੇ ਹਾਂ ਉੱਥੇ, ਚਲੋ ਦਿਖਾਉਂਦਾ ਫਿਰ ਤੁਹਾਨੂੰ ਉੱਥੇ ਜਾ ਕੇ। ਲਓ ਜੀ ਬਾਈ ਪਹੁੰਚ ਗਏ ਟਰੈਕਟਰ ਕੋਲ, ਆ ਜਗਦੀਪ ਦਾ ਟਰਾਲਾ, ਜਗਦੀਪ ਦਾ ਟਰੈਕਟਰ, ਟਰੈਕਟਰ ਬਦਲਣਾ ਹੈ ਹੁਣ, ਮੁੰਡੇ ਵੀ ਪਹੁੰਚ ਗਏ, ਜੱਗਾ ਜੱਗਾ ਚੱਲਿਆ ਹੈ ਅਤੇ ਹਰਸ਼ਵੀਰ ਆ ਗਿਆ ਟਰੈਕਟਰ ਲੈ ਕੇ, ਉਹ ਜਾਣਾ ਹੈ ਅਤੇ ਤੁਹਾਨੂੰ ਇੱਧਰ ਹੁਣ ਟਰਾਲਾ ਬਦਲਦੇ ਹਾਂ। ਪਹਿਲਾਂ ਇਹਦੇ ਪਰ ਫਿਟਿੰਗ ਕਰਤੀ, ਇਹਦੇ ਨਾਲ ਸਾਰਾ ਕੁਛ ਦਿਖਾਉਂਦਾ ਟਰਾਲਾ, ਵੈਸੇ ਤੁਸੀਂ ਪਹਿਲਾਂ ਦੇਖੀਏ ਤਿਆਰ ਹੋਇਆ ਹੋਇਆ। ਆ ਜਗਦੀਪ ਵਾਲਾ ਟਰੈਕਟਰ, ਆ ਟਰਾਲਾ, ਆ ਫੱਟੇ ਹੋਏ ਐਨ ਤਿਆਰ ਕਰਕੇ ਰੱਖ ਲਏ ਗੱਦੇ ਗੁੱਦੇ, 250 ਪੇਟੀ, ਉਹ ਕਿੰਨੀ ਪੇਟੀ ਹੈ ਭਾਈ, ਗੱਗਾ ਵੀ ਚੱਲਿਆ, ਸੁਖਦੀਪ ਵੀ ਚੱਲਿਆ, ਬੰਦੇ ਕਈ ਚੱਲੇ ਆ। ਆ ਥੱਲੇ ਪਾਣੀ ਦੀ ਭਰੀ ਹੋਈ ਆ ਸਾਰੀ ਟਰਾਲੀ, 250 ਪੇਟੀ, 250 ਹੈ ਕਿੰਨੀ ਹੈ ਸੁਖਦੀਪ, 250 ਪੇਟੀ ਪਾਣੀ ਦੀ, ਇਹ ਕਿੰਨੇ ਦੀ, 48 ਬੋਤਲਾਂ, 200 ਐਮ ਐਲ ਦੀ, 250 ਪੇਟੀ ਕਿੰਨੇ ਦੇ ਹੋ ਗਈ ਇਹ, 37,000, ਠੀਕ ਹੈ ਠੀਕ ਆ ਬਾਈ, 37,000 ਦਾ ਪਾਣੀ ਲੈ ਕੇ ਚੱਲੇ ਹਾਂ। ਅੱਛਾ ਚੌਲ ਵੀ ਉੱਥੇ ਦਊਂਗੇ ਲੰਗਰ ਨੂੰ, ਹੈ ਠੀਕ ਹੈ ਠੀਕ ਹੈ ਠੀਕ ਆ। ਹਰਸ਼ਵੀਰ ਵੀ ਚੱਲਿਆ ਜੀ, ਹਰਸ਼ਵੀਰ ਤਾਂ ਜਾਣਾ ਹੀ ਜਾਣਾ ਤਾ, ਟਰੈਕਟਰ ਹੀ ਦਾ ਚੱਲਿਆ ਹੈ, ਇਹਦਾ ਜਾਣਾ ਹੀ ਜਾਣਾ ਤਾ, ਕਹਿਤਾ ਜੀ ਵੀ ਛਬੀਲ ਲਾਊਂਗੀ, ਹੁਣ ਆਪਾਂ ਛਬੀਲ ਕਾਹਦੇ ਨੀ ਲਾ ਰਹੇ ਉੱਤੇ, ਪਾਣੀ ਨੀ ਠੀਕ ਠੀਕ ਹੈਗਾ ਉੱਥੇ ਤਾਂ ਦਿੱਲੀ ਦਾ, ਇਸ ਕਰਕੇ ਫਿਰ ਇਹ ਜਿਹਾ ਸਾਫ਼ ਪਾਣੀ ਕਿੱਥੋਂ ਲੈਂਦੇ, ਸਾਫ਼ ਪਾਣੀ ਇਹ ਪੇਟੀਆਂ ਵੰਡ ਦੂੰਗੇ ਜਿਹੜੇ ਲੰਗਰ ਲੁੰਗਰ ਚ, ਲੰਗਰਾਂ ਚ ਦਊਂਗੇ, ਬਾਕੀ ਤੁਸੀਂ ਬਾਕੀ ਆਵਰੇ ਤੇ ਜਾਂਦੇ ਤੁਸੀਂ ਦੇਖ ਲੈਣੇ, ਹੋਰ ਬੰਦੇ ਹਲੇ ਪਹੁੰਚ ਰਹੇ ਉਹ ਵੀ ਦਿਖਾਊਂਗਾ, ਬਾਕੀ ਉੱਥੇ ਪਹੁੰਚੂਗੇ ਉੱਥੇ ਦਾ ਤੁਹਾਨੂੰ ਦਿੱਲੀ ਦਾ ਹਰਸ਼ਵੀਰ ਨੇ ਵੀਡੀਓ 'ਚ ਦਿਖਾ ਦੇਣਾ ਮਲਕੀਤ ਬਾਈ ਦੇ ਚੈਨਲ 'ਤੇ, ਉਹ ਉੱਥੇ ਪਤਾ ਲੱਗ ਜਾਣਾ ਸਾਨੂੰ ਸਾਰੀ ਅਪਡੇਟ, ਇਹਨਾਂ ਨੇ ਦਿਖਾਈ ਦੇਣੀ ਬਾਈ ਦਿਖਾ ਦਿਓ, ਠੀਕ ਹੈ ਨਾ ਵੀ ਕਿਆ ਕੁਛ ਹੁੰਦਾ, ਜ਼ਰੂਰ ਜ਼ਰੂਰ ਜ਼ਰੂਰ, ਠੰਡਾ ਹੋ ਗਿਆ ਮੌਸਮ, ਮੌਸਮ ਠੰਡਾ, ਤੁਸੀਂ ਹੁਣ ਰਾਤ ਨੂੰ ਮੇਰੀ ਗੱਲ ਕਰੋ, ਕਿਰਪਾ ਕਰਕੇ ਤਰਪਾਲ ਲਿਆਓ ਘਰ ਤੇ ਚੱਕ ਕੇ, ਸਿਖਰ ਪਈ ਹੋ ਗਏ ਜੀ ਕੱਟੇ, ਗੁਰਿੰਦਰ ਜਾਣਾ ਪੁੱਤ ਸਾਰੇ ਤਿਆਰ ਹੈ ਜੀ, ਬਾਬਾ ਜੀ ਵੀ ਆ ਗਏ, ਬਾਬਾ ਜੀ ਨੇ ਪਾਣੀ ਚਕਾਇਆ ਜੀ, ਸੇਵਾ ਬਾਬਾ ਜੀ ਨੇ ਅਰਦਾਸ ਕਰਕੇ ਤੋਰਨ ਲੱਗੇ ਹਾਂ ਸਾਰਿਆਂ ਨੂੰ, 10-12 ਜਣੇ ਚੱਲੇ ਹਾਂ ਜੀ, ਆਰਾਮ 'ਤੇ ਜਾਣਾ ਬਾਈ, ਹੈ ਡਰਾਈਵਰ ਬੜਾ ਤੇਜ਼ ਹੈ,
ਗੁਰਪ੍ਰੀਤ ਡਰਾਈਵਰ ਦਾ ਖਾਸ ਖਿਆਲ ਰੱਖਣਾ ਠੀਕ ਹੈ ਲੋ ਜੀ ਖੇਤਰੀ ਤਿਆਰੀ ਜਸ਼ਨ ਵੀ ਚੱਲਿਆ ਏ ਤਰਪਾਲ ਲੈਣ ਗਏ ਕਰੇ ਉਹ ਹਜ਼ਾਰ ਚੱਲੇ ਆ ਬਾਬਾ ਜੀ ਅਰਦਾਸ ਕਰਕੇ ਤੁਰਨ ਲੱਗਿਆ ਜੀ ਵਾਹਿਗੁਰੂ ਅੜੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਚੱਲ ਪਏ ਪਹਿਲਾਂ ਸਤਿ ਸ੍ਰੀ ਅਕਾਲ ਇੱਧਰ ਦੇਖੀ ਚੱਲ ਠੀਕ ਹੈ ਜਿੰਦਾਬਾਦ ਲਓ ਜੀ ਬਾਈ ਕੱਲ ਉਹਨਾਂ ਨੂੰ ਤੋਰ ਕੇ ਸ਼ਾਮ ਜੇ ਨੂੰ ਅੱਜ ਸਵੇਰੇ ਬੱਟਾ ਪਾਉਣ ਆਏ ਇੱਧਰ ਮੰਡ 'ਚ ਸਾਰੇ ਖੇਤਾਂ 'ਚ ਪਾ ਦਿੰਦੇ ਹਾਂ ਉੱਧਰ ਹਰਸ਼ਵੀਰ ਵਾਲਿਆਂ 'ਚ ਵੀ ਇੱਧਰ ਸਾਂਝਿਆਂ 'ਚ ਵੀ ਉੱਧਰ ਦੂਜੇ ਖੇਤਾਂ ਸਾਡੇ ਉੱਥੇ ਵੀ ਇੱਕ ਵਾਰ ਜਿੰਦਾ ਘੁੰਮਾ ਕੇ ਉੱਪਰ ਫਿਰ ਟਾਇਰ ਘੁੰਮਾ ਕੇ ਦੁਬਾਰਾ ਤੋਂ ਫਿਰ ਬੱਟ ਪਾ ਦਿੰਦੇ ਇਹ ਬੱਟ ਦੱਬਦੀ ਨਹੀਂ ਹੈਗੀ ਜਿੰਦਾ ਲੈ ਕੇ ਆਏ ਹਾਂ ਜੱਗੇ ਦਾ ਜਿੰਦਾ ਲਿਆਂਦਾ ਇਹ ਤਗੀਆਂ ਵਾਲਾ ਜਿੰਦਾ ਬਹੁਤ ਵਧੀਆ ਚੌੜਾ ਕਰਿਆ ਹੋਇਆ ਨੇ ਐਨ ਚੌੜੀ ਬੱਟ ਰੱਖ ਕੇ ਪਾਉਂਦਾ ਦੇਖੋ ਅਤੇ ਅੱਜ ਬੱਟਾਂ ਦਾ ਕੰਮ ਨਿਬੇੜ ਦੇਣਾ ਬਾਅਦ 'ਚ ਦੇਖਾਂਗੇ ਜੇ ਬਾਹ ਬੂਕੇ ਦੇ ਥੋੜ੍ਹੀ ਬਹੁਤੀ ਸਵਾਗੇ ਨਾਲ ਲਾਉਣੀ ਪੈਗੀ ਤਾਂ ਲਾ ਦਾਂਗੇ ਜੇ ਇੱਕ ਨਹੀਂ ਸਰਦਾ ਦਿਖਿਆ ਦੇਖੋ ਕਿੰਨਾ ਖੋਲਿਆ ਹੋਇਆ ਜਿੰਦਾ ਬੱਦਲਬਾਜ਼ੀ ਹੋਈ ਜਾਂਦੀ ਆ ਹੁਣ ਦਿਨ ਵੀ ਥੋੜ੍ਹੇ ਰਹਿ ਗਏ ਪਤਾ ਨਹੀਂ ਜੇ ਮੀਂਹ ਜ਼ਿਆਦਾ ਪੈ ਗਿਆ ਫਿਰ ਬੱਟਾਂ ਵੀ ਨਹੀਂ ਪੈਣੀਆਂ ਬਾਈ ਕਹਿੰਦਾ ਬੱਟਾਂ ਪਾ ਦਈਏ ਆ ਦੇਖੋ ਬੱਟ ਪੂਰੀ ਚੌੜੀ ਰੱਖਦਾ ਐਨ ਵਧੀਆ ਬੱਟ ਪਾਉਂਦਾ ਲਓ ਜੀ ਇੱਧਰ ਲਾਸਟ ਬੱਟ ਰਹਿ ਗਈ ਇੱਧਰ ਸਾਰੀਆਂ ਪਾਤੀਆਂ ਆ ਬਣਾ ਤੇ ਕਿਆਰੇ 6 ਕਿਆਰੇ ਹੋ ਗਏ ਬਾਕੀ ਨੂੰ ਦੇਖਦੇ ਹਾਂ ਵਾ ਕੇ ਸ਼ਾਇਦ ਸਵਾਗੇ ਨਾਲ ਵੀ ਥੋੜ੍ਹੀ ਥੋੜ੍ਹੀ ਲਾਈਏ ਬੱਟਾਂ ਨਵਾਣ ਬਾਕੀ ਆਹ ਇੱਕ ਬੱਟ ਇਹ ਰਹਿ ਗਈ ਹੁਣ ਚੱਲਦੇ ਹਾਂ ਉੱਧਰ ਨੂੰ ਉੱਧਰ ਤੋਂ ਬੱਟਾਂ ਪਾ ਕੇ ਇੱਧਰ ਹਰਸ਼ਵੀਰ ਦੇ ਦੂਏ ਪਾਸੇ ਆ ਗਏ ਜਿੱਥੇ ਸੂਰਾਂ ਦਾ ਫਾਰਮ ਹੈ ਪਿੱਛੇ ਇਹਨਾਂ ਨੂੰ ਫੀਡ ਫੂਡ ਪਾਉਣ ਲੱਗਿਆ ਹੋਣਾ ਬਾਈ ਬੜੀਆਂ ਚੀਕਾਂ ਮਾਰਦੇ ਦੇਖੋ ਕਿੰਨੀ ਆਵਾਜ਼ ਕਰਦੇ ਆ ਨਹੀਂ ਤਾਂ ਚੁੱਪ ਚਾਪ ਰਹਿੰਦੇ ਹਾਂ ਜਦ ਫੀਡ ਫੂਡ ਪਾਉਣ ਲੱਗ ਜਾਂਦੇ ਆ ਤਾਂ ਫਿਰ ਤਾਂ ਰਾਤ ਪਾ ਦਿੰਦੇ ਵੀ ਥੋੜ੍ਹੀ ਦੇਰ ਵੀ ਨਹੀਂ ਖੜ੍ਹਦੇ ਹੈਗੇ ਦੇਖੋ ਕਿਵੇਂ ਚੀਕਦੇ ਆ ਫੀਡ ਪਾਉਣ ਲੱਗਿਆ ਹੋਇਆ ਬਾਈ ਅੰਦਰ ਅਤੇ ਹਰਸ਼ਵੀਰ ਨੂੰ ਵੀ ਫੋਨ ਕਰਿਆ ਤਾ ਪੁੱਛਿਆ ਉੱਥੇ ਹਾਲ ਚਾਲ ਕਹਿੰਦੇ ਵਧੀਆ ਐਨ ਠੀਕ ਆ ਵਧੀਆ ਉੱਕਣਾ ਹੀ ਚੱਲਦਾ ਜਿਵੇਂ ਅੱਗੇ ਚੱਲਦਾ ਤਾ ਬੰਦੇ ਬੈਠੇ ਆ ਕਹਿੰਦਾ ਨਾਲੇ ਰੈਸਟ ਹੋ ਜੂਗੀ ਸਰੀਰ ਨੂੰ ਉਰੇ ਤਾਂ ਕਦੇ ਕੁਛ ਕਰਨਾ ਪੈਂਦਾ ਕਦੇ ਕੁਛ ਕਰਨਾ ਪੈਂਦਾ ਘਰ ਦੇ ਲਾਇਆ ਕਹੇ ਦਿੰਦਾ ਬਾਪੂ ਗੰਨੇ ਨੂੰ ਸਪਰੇਅ ਕਰ ਦਿਉ ਆਹ ਕਰ ਦਿਉ ਉਹ ਕਰ ਦਿਉ ਕਹਿੰਦਾ ਨਾਲੇ ਸਰੀਰ ਨੂੰ ਰੈਸਟ ਹੋ ਜੂਗੀ ਨਾਲੇ ਆਪਣੇ 4-5 ਦਿਨ ਇੱਥੇ ਲਾ ਕੇ ਜਾਵਾਂਗੇ ਹੁਣ ਪਾਣੀ ਦੀ ਪੇਟੀਆਂ ਕਹਿੰਦੇ ਦੇ ਤੀਆਂ ਲੰਗਰਾਂ 'ਚ ਨਿਬੇੜਤਾ ਉੱਥੇ ਸਾਰਾ ਕੁਛ ਬਸ ਹੁਣ ਕਹਿੰਦੇ ਰੈਸਟ ਕਰ ਰਹੇ ਹਾਂ ਟਰਾਲੀ 'ਚ ਬੈਠੇ ਹਾਂ ਹੁਣ ਇੱਥੇ ਵੀ ਬਸ ਨਿਬੇੜ ਕੇ ਉੱਧਰ ਰਹਿ ਗਿਆ ਫਿਰ ਚੱਲਦੇ ਹਾਂ ਹੋਰ ਪਾਸੇ ਕਰਾਉਂਦਾ ਮਲਕੀਤ ਸਿੰਘ ਭਾਈ ਨਾਲ ਬਾਅਦ 'ਚ ਗੱਲ ਤੁਹਾਡੇ ਨਾਲ ਲਓ ਜੀ ਤਕਰੀਬਨ ਸਾਰੇ ਖੇਤਾਂ 'ਚ ਬੱਟਾਂ ਪੈ ਗਈਆਂ ਮੰਡ 'ਚ ਨਿਬੜ ਗਿਆ ਸਾਰਾ ਅਤੇ ਅੰਬ ਵਾਲੇ 'ਚ ਵੀ ਅਤੇ ਉਹ ਦੂਜੇ ਪਾਸੇ ਵੀ ਮਲਕੀਤ ਸਿੰਘ ਭਾਈ ਦਾ ਪਰਲੇ ਵੈਸੇ ਬਸ 2-4 ਕਿੱਲਿਆਂ ਦੀਆਂ ਰਹਿ ਗਈਆਂ ਬਾਕੀ ਸਾਰੇ ਇੱਧਰ ਤਾਂ ਨਿਬੇੜਤਾ ਮਿਲੋ ਮਲਕੀਤ ਸਿੰਘ ਭਾਈ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਬੱਟਾਂ ਪਾਉਣੀਆਂ ਪੈ ਗਈਆਂ ਨਹੀਂ ਪਈਆਂ ਸਹੀ ਗੱਲ ਮੌਸਮ ਖਰਾਬ ਹੋ ਰਿਹਾ ਤੂੰ ਬੱਦਲਬਾਜ਼ੀ ਹੋਈ ਹੋਈ ਆ ਹੋਰ ਬਾਈ ਕਹਿੰਦਾ ਵੀ ਪਾ ਦੋ ਹੋਰ ਸੁਣਾ ਮੈਂ ਵਧੀਆ ਬੰਦਿਆਂ ਦਾ ਆ ਲਿਆ ਫੋਨ ਹਾਂ ਪਹੁੰਚ ਗਏ ਪਹੁੰਚ ਤਾਂ ਕਦੇ ਗਏ ਉਹਨਾਂ ਦਾ ਪੇਟੀਆਂ ਪੁੱਟੀਆਂ ਵੀ ਬਣਤੇ ਪਾਣੀ ਵਾਲੀਆਂ ਹਾਂ ਕਹਿੰਦੇ ਵਧੀਆ ਕਹਿੰਦਾ ਰੈਸਟ ਮਿਲੂਗੀ ਹੁਣ ਕਹਿੰਦਾ ਇੱਥੇ ਦਾ
ਡੈਡੀ ਜੀ ਕਹਿ ਦਿੰਦਾ ਗੰਨੇ ਸਪਰੇਅ ਕਰ ਲਿਆ ਉਹ ਕਹਿੰਦਾ ਹੁਣ ਆਰਾਮ ਤੇ ਪਾਉਂਗੇ ਹੁਣ ਦੋ ਚਾਰ ਦਿਨ ਕਹਿੰਦਾ ਵੀ ਹੁਣ ਥਕਾਵਟ ਉਤਾਰੀਏ ਧਾਨ ਲਾ ਕੇ ਹਾਂ ਧਾਨ ਲਾ ਕੇ ਫਿਰ ਆਪਾਂ ਚੱਲਦੇ ਹਾਂ ਹੋਰ ਸੁਣਾ ਨਮਿਤਾ ਜੀ ਬਹੁਤ ਵਧੀਆ ਠੀਕ ਠਾਕ ਐਨ ਵਧੀਆ ਅੱਠੋ ਅੱਠ टायर नंगा के दवार ते पा दी ਬਾਕੀ ਜੇ ਲੋਡ ਪਈ ਤਾਂ ਸਹੀ ਪੱਧਰ ਜੇ ਹੀ ਹੈ ਕਿਹੜੇ ਉੱਚਾ ਨਹੀਂ ਹੋਵੇ ਭਾਈ ਪਾਣੀ ਖੜਦਾ ਬਹੁਤ ਹਾਂ ਫਿਰ ਤਾਂ ਗੱਲ ਫਿਰ ਤਾਂ ਹੈਗਾ ਪੱਧਰ ਜੇ ਖੇਰ ਹਾਂ ਹੋਰ ਸੁਣਾ ਮੈਂ ਵਧੀਆ ਹੁਣ ਚੱਲ ਚੱਲੀ ਘਰ ਨੂੰ ਭੁੱਖ ਲੱਗੇ ਜੀ ਤੂੰ 10 ਵਜੇ ਰੋਟੀ ਖਾ ਕੇ ਆਇਆ ਤਾਂ 10 ਵਜੇ ਭੁੱਖ ਲੱਗਣੀ ਨਹੀਂ 1 ਵਜ ਗਿਆ ਯਾਰ ਫਿਰ 10 ਵਜੇ ਰੋਟੀ ਖਾ ਕੇ ਆਇਆ ਤਾਂ 1 ਵਜ ਗਿਆ ਫਿਰ ਭੁੱਖ ਵੀ ਲੱਗ ਗਈ ਹੋਰ ਵਾਹ ਓਏ ਭਾਈ ਕੁਐਸਟੀ ਜ਼ਿਆਦਾ ਹੈ ਜ਼ਿਆਦਾ ਟਾਈਮ ਟੱਪ ਗਿਆ ਆ ਮਹਿੰਦਰਾ ਰੱਖੋ ਡੀਆਈ ਰੱਖੋ ਮਹਿੰਦਰਾ ਟਰੈਕਟਰ ਰੱਖੋ ਬਾਈਕ ਹੈ ਹੈ ਜੱਗੇ ਦਾ ਜਿੰਦਾ ਬੜਾ ਘੈਂਟ ਹੈ ਬਹੁਤ ਲੋਡ ਜਿੰਦਾ ਬਹੁਤ ਲੋਡ ਜਿੰਦਾ ਤਿਮਾਨ ਸਿੱਧੀ ਚਮਕੌਰ ਸਾਹਿਬ ਤਿਮਾਨ ਦਾ ਤਿਮਾਨ ਵਾਲਿਆਂ ਦਾ ਬਣਿਆ ਵਾ ਬਾਈ ਚਮਕੌਰ ਸਾਹਿਬ ਖੜੀ ਕਰਦਾ ਬਹੁਤ ਵਧੀਆ ਜਿੰਦਾ ਬਣਿਆ ਹੋਇਆ ਐਨ ਬੱਟ ਦੇਖ ਰਿਹਾ ਐਨ ਕੋਈ ਹਿੱਲਦਾ ਨਹੀਂ ਇੱਧਰ ਅੱਧਰ ਐਨ ਬੱਟ ਨੂੰ ਉੱਪਰ ਤੱਕ ਕਰ ਦਿੰਦਾ ਇਹਦਾ ਪੂਰਾ ਛੱਡਦੇ ਨਹੀਂ ਇਹਨੂੰ ਬਾਈ ਦੇਖ ਹੂੰ ਆਪਾਂ ਜੱਗਾ ਜੱਗਾ ਬਾਹਮਣ ਹੈ सारा खेती जेहे पिंड वाले ने जट्टा वाले काम है सारा दो ट्रैक्टर रखी फिरदा सारा संदा समान ਪੈਦਲ ਲੱਗਣੇ ਤਾਂ ਜਗ੍ਹਾ ਨਹੀਂ ਬਿਹੜੇ ਸੰਦ ਨਿਕੜਾਏ ਪਏ ਸਹੀ ਗੱਲ ਹੈਗਾ ਉਹਨੇ ਬਾਹਰ ਕਹਿੰਦਾ ਉਹ ਕਰਕੇ ਉਧਰ ਨੂੰ ਬਗਲ ਮਾਰੇ ਆਏ ਬਾਹਰ ਬਾਹਰ ਹਾਂ ਇੱਕ ਸਾਈਡ ਹੋ ਜਾਣਾ ਸੰਦ ਸਾਰੀ ਨਹੀਂ ਠੀਕ ਹੈ ਉਹ ਕਹਿੰਦਾ ਵੀ ਵਧੀਆ ਹੁਣ ਕਿਰਾਏ ਦਾ ਕੰਮ ਕਰਦਾ ਹੈ ਵਧੀਆ ਲੋਟ ਉਹਦਾ ਠੀਕ ਹੈ ਹੈਗਾ ਸਾਰਾ ਕੁਝ ਚਾਹੀਦਾ ਫਿਰ ਕਿਰਾਏ ਦੇ ਕੰਮ ਵਾਸਤੇ ਫਿਰ ਐ ਥੋੜਾ ਵੀ ਤੇ ਚੀਜ਼ ਮੰਗ ਕੇ ਅਗਲਾ ਕਿਰਾਇਆ ਕਰੂਗਾ ਹਿੰਮਤ ਆ ਬਾਕੀ ਆਪਣੀ ਬਾਈ ਬਾਕੀ ਬਾਈ ਕੰਮ ਵਧੀਆ ਕਰਦਾ ਜੱਗਾ ਥੋੜਾ ਹਿੰਮਤ ਹੀ ਬਹੁਤ ਹੈ ਜੱਗੇ ਕਰਕੇ ਠੀਕ ਹੈ ਜਿਹੜਾ ਬੰਦਾ ਜਿਹੜਾ ਕੰਮ ਕਰਨਾ ਚਾਹੁੰਦਾ ਉਹਨੂੰ ਤਾਂ ਦੁਖਦਾ ਵੀ ਨਹੀਂ ਚਾਹੀ ਜੋ ਕੁਛ ਮਰਜ਼ੀ ਲਿਆਈ ਜਾਵੇ ਹੈ ਕਿ ਨਹੀਂ ਜਿਹਦਾ ਉਹਨੇ ਖੜਨਾ ਥੋੜ੍ਹਾ ਕਿਰਾਏ ਦਾ ਕੰਮ ਵਧੀਆ ਕਿਰਾਏ ਦਾ ਕੰਮ ਵੈਸੇ ਹੁਣ ਜ਼ਮੀਨਾਂ ਜ਼ਮਾਨਾ ਠੇਕੇ ਠੁੱਕੇ ਨਾਲੋਂ ਤਾਂ ਕਿਰਾਏ ਦਾ ਕੰਮ ਠੀਕ ਹੈ ਉੱਕਾ ਪੁੱਕਾ ਮਿਲਦਾ ਜਾਣਾ ਹੁਣ ਸਰਕਾਰ ਦਾ ਪਤਾ ਤਾਂ ਨਹੀਂ ਹੈਗਾ ਰੇਟ ਰੂਟ ਦਾ ਵੀ ਕਿਆ ਅੱਗੇ ਨੂੰ ਜੀਰੀ ਦਾ ਵੀ ਨਹੀਂ ਪਤਾ ਚੱਕਣੀ ਨਹੀਂ ਚੱਕਣੀ ਪਤਾ ਕੁਛ ਆੜ ਤੇ ਅਸੀਂ ਕਹੀ ਜਾਂਦੇ ਉਹ ਕੋਈ ਪਤਾ ਨਹੀਂ ਆਹ ਬੀਜ ਨਾ ਲਾਇਓ ਹੈ ਠੇਕੇ ਵਾਲੇ ਦੀ ਵੀ ਗੱਲ ਹੋ ਜੂਗੀ ਸੈੱਟ ਕੰਮ ਠੇਕੇ ਵਾਲਿਆਂ ਦੀ ਗੱਲ ਪੱਕੀ ਆ ਪਤਾ ਦਿਮਾਗ ਸੈੱਟ ਨਹੀਂ ਹੁੰਦਾ एक ना जमीन खासियां पाईया भाई आड़ती ने पैसे नहीं दे जिन्हें आड़ती दे पैसे लेके अगे देना था जिमीदार आड़ती हुण दे नहीं रहे अगला कहिंदा साडा तां बाहर कढ दिया वो जमीन एक ने ही पाईया पाईया ही है हुण अगला भंग दे पहाड़े देऊगा हुण वो कह रहा था दवा दो ठेके पर रंधावे वाला किन्ने किले है उहदे हुण किहड़ा ले लूगा इन्ने नूं ਤਾਂ ਹੀ ਤਾਂ ਸਾਰੇ ਕਹਿੰਦੇ ਤੇ ਵੀ ਆੜ੍ਹਤੀ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਕਿ ਨਹੀਂ ਆੜ੍ਹਤੀ ਦੇ ਪੈਸੇ ਫਾੜ ਹੋ ਜਾਂਦੇ ਆ ਹੋਰ ਜ਼ਿਮੀਦਾਰ ਦੇ ਹੋਰ ਦੇ ਹੋ ਜਾਂਦੇ ਠੇਕੇ ਠੁੱਕੇ ਦੇ ਹੁਣ ਆੜ੍ਹਤੀ ਬਾਹਰ ਕੱਢਣੇ ਕਰਕੇ ਬੜਾ ਔਖਾ ਹੋ ਜਾ ਤੂੰ ਗਾਹਾਂ ਦੇਖੀ ਆ ਧਾਨਾਂ 'ਚ ਪਤਾ ਲਾ ਜੇਣਾ ਹਾਂ ਵੀ ਜੇ ਉਹਦੇ ਬਾਅਦ ਅੱਗੇ ਤਾਂ ਅਗਲੇ ਕਣਕ ਜੀ ਛੱਡਣੇ ਦੇਖੀ ਤੂੰ ਦਿਖਾਊਗਾ ਛੱਡਦਾ ਕਣਕ ਬੀਜਣੀ ਨਹੀਂ ਅਗਲੇ ਨੇ ਆਹ ਗੱਲ ਪੱਕੀ ਆ ਅਗਲਾ ਕੰਮ ਕਰੀ ਜਾ ਸਾਡੇ ਕੀ ਕਰੂੰਗੇ ਹੁਣ ਅਸੀਂ ਜਾ ਸਾ ਅਸੀਂ ਵੇਚੂਗੇ ਕਿਤੇ ਜੇ ਪੈਸੇ ਆਉਂਗੇ ਤਾਂ ਹੀ ਅੱਗੇ ਕਰੂੰਗੇ ਕਣਕ ਵੀ ਤਾਂ ਅਸੀਂ ਵਿਕਣੀ ਯਾਰ ਹਾਂ ਅਗਲੇ ਝੁੰਡੇ ਖੜੇ ਛੱਡਦੇ ਨੇ ਦੇਖੀ ਤੂੰ ਇੱਕਣੀ ਵੀ ਦੇ ਦਿਓ ਭਾਈ ਨੂੰ ਦੇਣੀ ਹੈ ਸਹੀ ਗੱਲ ਹੈ ਬਾਈ ਇਹਦਾ ਅੱਗੇ ਅੱਗੇ ਦਾ ਅੱਗੇ ਅੱਗੇ ਕੰਮ ਖਰਾਬ ਹੋਇਆ ਹੈ ਹਾਂ ਜੇ ਧਾਨ ਚੱਕ ਲੈ ਤਾਂ ਐ ਬਾਕੀ ਦੇਖਦੇ ਧਾਨਾਂ ਦਾ ਵੀ ਕੀ ਕਰਨਾ ਇਹਨਾਂ ਨੇ ਹੱਲੇ ਉਹ ਵੀ ਨਹੀਂ ਪਤਾ ਨਹੀਂ ਹੋਰ ਕੰਮ ਕਰੇ ਠੇਕੇ ਵਾਲਾ ਠੇਕੇ ਠੇਕੇ ਦੇ ਮੈਂ ਕਹਿੰਦਾ ਕਣਕ ਤਾਂ ਛੱਡੋ ਅਗਲੇ ਘਰ ਵੀ ਤੁਸੀਂ ਵੇਚ ਲਿਓ ਭਾਈ
ਜੇ ਨਾ ਚੱਕੀ ਹਾਂ ਆਹੋ ਵਹੀ ਕੁਝ ਹੋਊਗਾ ਯਾਰ ਚਲੋ ਬਾਕੀ ਅੱਗੇ ਦੇਖਦੇ ਕਿਆ ਬਣਦਾ ਪਰ ਨਹੀਂ ਜਿਹੜੇ ਹਿਸਾਬ ਨਾਲ ਹੁਣ ਅੱਕਣਾ ਹੋ ਗਿਆ ਨਾ ਜੇ ਅੱਗੇ ਨੂੰ ਇਹਨੇ ਹੋਰ ਤੰਗ ਤੁੰਗ ਕਰਨ ਅੱਗੇ ਬਾਫੇ ਅੱਗੇ ਨੇ ਸਭ ਨੇ ਛੱਡ ਦੇਣਾ ਇੱਕ ਤੇਲ ਵੀ ਦੇਖ ਲਾ 100 ਰੁਪਏ ਨੂੰ ਪਹੁੰਚਣੇ ਵਾਲਾ ਏ ਕਿਆ ਕਰੂਗਾ ਬਾਈ ਕਿਲੋਮੀਟਰ ਉਰੇ ਆਉਣਾ ਹੈ ਕਿ ਨਹੀਂ ਬੜਾ ਔਖਾ ਹੋ ਗਿਆ ਤੇਲ ਦਾ ਤੇਲ ਕਣੀ ਨੂੰ ਕੋਈ ਵੀ ਨੀ ਨੱਥ ਪਾਉਂਦਾ ਹੈਗਾ ਦੇਖ ਲੈ ਤੇਲ ਨੂੰ ਕੋਈ ਨੀ ਕਹਿੰਦਾ ਦੋਜੇ ਵੱਧਦਾ ਦੂਏ ਦੇ ਦਿਨ ਤਾਂ ਪੱਕਾ ਵੱਧਦਾ ਹੀ ਵੱਧਦਾ ਚਲੋ ਠੀਕ ਹੈ ਜੀ ਜਿਵੇਂ ਹੋਰ ਆ ਚੱਲੀ ਜਾਣਾ ਬਾਕੀ ਨਹੀਂ ਪੁੱਗਦੇ ਆਪਾਂ ਬਸ ਫਿਰ ਤਾਂ ਹੱਥ ਖੜੇ ਕਰਨੇ ਹੀ ਆ ਥੋੜੇ ਪਾਉਣੇ ਯਾਰ ਕਿਸੇ ਨੇ ਸਹੀ ਗੱਲ ਚਲੋ ਠੀਕ ਹੈ ਜੀ ਆਹ ਵੀਡੀਓ ਮੇਰੀ ਇੱਥੇ ਤੱਕ ਸੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਚੱਲੀਏ ਬਾਈ